कार्यों प्रधानी मंडल प्रोफेसर सजमान विद्यार्थियों, मैं भी अपने आप को इस कॉलेज का ही स्टूडेंट मानता भावे कि मेरी सारी पढ़ाई चंडीगढ़ के कॉलेज से यूनिवर्सिटी के हुई है, क्योंकि इस कॉलेज के स्टूडेंट प्रोफेसर अवतार सिंह उन्होंने मैं एमए की, उन्होंने मैंने पढ़न लाया। मैं एक साधारण स्पोर्ट्समैन से, वह अगों प्रोफेसर हरपाल सिंह स्टूडेंट है, ये यूनिवर्सिटी आ गए, इन्होंने सानू अपना साथ दिता तो पढ़न लाया। मुझे खुशी है कि मैं इस कॉलेज में बचा सी कर। मैं असल इस विषय के बारे दसन की थान कुछ समझ की कोशिश कर रहा हाँ। इस टॉपिक असं देखते हैं कि तीन ज चार जो शब्द है वो बड़े इंपॉर्टेंट है, एक समाज, सभ्याचार, बदलाव। इसकी अंडरस्टैंडिंग असं फिर एक जोग्राफिकल एरिए जोड़ना, वह है पंजाब। सब चेंज वर्ड बदलाव लफ्ज का एक ही चीज है, क्योंकि चेंज के जो पैटर्न है वो बहुत रेयर है, प्रभाव जो सदियां अनफोल्ड करती रहती हैं। इस करके हर एक जी बारी चेंज है, रुके हुए हैं जो दरिया में रुका ना समझ, कलेजा काट के निकलेंगे को सारों का। ते मैं देख रहा कि भार चीरना जी। मेरी बेनती है कि जी कल्चरल कंटेक्सट बनते हैं, इन्होंने जड़िया स्थानक काम कल्चर भी अंजा ही है। पूर्ण सिंह कहते हैं गल्ला सब मिलनिया मिलनिया, क्योंकि मैं बेसिकली साइलेंस ते स्पीकिंग ते लेक्चर देना। अल्टीमेटली गल ये है कि मनुख के अंदर जिहड़े कॉस्मोलॉजिकल स्ट्रक्चर्स उहदे अंदर पए हुए हैं, जिहड़े ब्रह्मंडी वर्तारे उहदे सोल दे अंदर पए हुए हैं, ते उहदे बॉडी दे ते माइंड दे जिहड़े लोकल फिनोमेने पए हैं, ਇਹ ਦੋਵੇਂ ਜਦੋਂ ਕਿਸੇ ਰਿਦਮ ਚ ਆਉਂਦੇ ਆ ਤਾਂ ਬਾਡੀ ਦੀ ਅਨਾਰਕੀ ਜਿਹੜੀ ਹੈ, ਬਾਡੀ ਦੀ ਆਪਹੁਦਰੀ ਜਿਹੜੀ ਡਿਮਾਂਡ ਆ, ਉਹਦੀ ਈਗੋ ਦਾ ਪਲਾਅ ਆ, ਉਹ ਕਿਸੇ ਸਟਰਕਚਰ ਨੂੰ ਵੱਜਦਾ ਜਿਹਦੇ ਵਿੱਚ ਉਹ ਸਮਾਜ ਬਣਦਾ। ਹੁਣ ਜਦੋਂ ਇਹਦਾ ਬਦਲਾਅ ਆਉਂਦਾ ਤਾਂ ਉਹਦੇ ਬਾਡੀ ਦੀ ਜਾਂ ਫਿਜ਼ੀਕਲ ਜਾਂ ਲੋਕਲਾਈਜੇਸ਼ਨ ਦੇ ਜਿਹੜੇ ਸਟਰਕਚਰ ਆ, ਇਕੱਲੀ ਉਹਨਾਂ ਦੀ ਚੇਂਜ ਦਾ ਜਿਹੜਾ ਹੀਰੋ ਆ ਉਹ ਉਹਨਾਂ ਨੂੰ ਰੋਕ ਨਹੀਂ ਸਕਦਾ। ਉਹਦੇ ਪਿਛਲਾ ਜਿਹੜਾ ਉਹਦਾ ਬ੍ਰਹਿਮੰਡੀ ਫਲਾ ਜਿਹੜਾ ਯੂਨੀਵਰਸਲ ਆ, ਇਸ ਕਰਕੇ ਮੈਂ ਬੇਸਿਕਲੀ ਇੱਕ ਬ੍ਰਹਿਮੰਡੀ ਸਟਰਕਚਰ ਜਿਹੜਾ ਉਹਦੀ ਚੇਤਨਾ ਦੀ ਐਕਸਪੀਰੀਅੰਸਿੰਗ ਦੇ ਵਿੱਚ ਪਿਆ, ਅਤੇ ਉਹਦੇ ਲੋਕਲਾਈਜ਼ਡ ਜਿਹੜੇ ਰੂਪ ਪਏ ਆ ਜਿਹਦੇ 'ਚ ਹਿਸਟਰੀ, ਪੋਲੀਟਿਕਸ, ਕਲਚਰ ਦਾ ਪਸਾਰ, ਮਿਊਜ਼ਿਕ, ਡਾਂਸ, ਲੈਂਗੁਏਜ, ਇਹ ਦੋਵੇਂ ਕਿਸੇ ਰਿਦਮ 'ਚ ਆਉਂਦੇ। ਗੱਲ ਇੱਥੇ ਸਮਝਣ ਵਾਲੀ ਆ ਕਿ ਪੰਜਾਬ ਦਾ ਜਿਹੜਾ ਕਲਚਰਲ ਬਦਲਾਅ ਆ ਉਹਦੇ 'ਚ ਉਹਦਾ ਕਾਸਮੋਲੋਜੀਕਲ ਸਟਰਕਚਰ ਜਿਹੜਾ ਆ, ਜਿਹੜਾ ਕਿ ਫਿਜ਼ੀਕਲ ਸਟਰਕਚਰ ਨੂੰ ਕੰਟਰੋਲ ਕਰਦਾ ਹੈ, ਉਹਦੀ ਕੀ ਦਸ਼ਾ ਆ, ਉਹਦੀਆਂ ਕੀ ਹਾਲਤਾਂ ਆ, ਇਹ ਮੇਰੇ ਖਿਆਲ ਜੇ ਸਮਝਿਆ ਜਾਏ ਤਾਂ ਅਸੀਂ ਇਸ ਵਿਸ਼ੇ ਦੇ ਨਾਲ ਸ਼ਾਇਦ ਗੱਲ ਕਰ ਸਕੀਏ। ਉਹਦੇ ਵਿੱਚ ਜਿਹੜਾ ਅਤੇ ਇਹਨੂੰ ਕੋਈ ਵੀ ਲੋਕਲਾਈਜੇਸ਼ਨ ਦਾ ਚਾਰ ਰੋਕ ਨਹੀਂ ਸਕਦਾ। ਜਿਹੜਾ ਪੱਥਰ ਤੋਂ ਪਹਾੜ ਰੁਕਿਆ ਉਹਨੂੰ ਰਾਹ ਦੇ ਤੀਲੇ ਤੂਲੇ ਨਹੀਂ ਰੋਕ ਸਕਦੇ। ਇਸ ਕਰਕੇ ਜਿਹੜਾ ਪੂਰੇ ਵਿਸ਼ਵ ਦਾ ਕੀ ਪੰਜਾਬ ਦੇ ਕੋਲ ਕੋਈ ਵਿਸ਼ਵ ਨੂੰ ਟ੍ਰਾਂਸਪੇਰੈਂਟ ਮੈਟਾਫਿਜ਼ੀਕਲ ਸਟਰਕਚਰ ਦੇਣ ਦੀ ਪਾਵਰ ਹੈ? ਪਹਿਲੇ ਨੰਬਰ ਤੇ ਇਹ ਗੱਲ ਜਿਹੜੀ ਸਾਨੂੰ ਡਿਸਕਸ ਕਰਨੀ ਚਾਹੀਦੀ ਆ, ਤੇ ਇਹਦੇ ਵਿੱਚ ਪੰਜਾਬ ਦੀ ਚਿੰਤਨ ਪਰੰਪਰਾ ਕੀ ਆ, ਉਹਦਾ ਕੀ ਰੋਲ ਆ, ਉਹਦੀ ਕੀ ਹਾਲਤ ਆ, ਇਹ ਚੀਜ਼। ਦੂਜੇ ਨੰਬਰ ਤੇ ਪੰਜਾਬ ਨੇ ਬਾਡੀ ਦੀ ਰਸਤਾ ਦਾ ਸਿੰਬਲਿਜ਼ਮ ਕਿਹੋ ਜਿਹਾ ਪੈਦਾ ਕੀਤਾ, ਤੇ ਪੰਜਾਬ ਦੇ ਕੋਲ ਢੋਲ ਆ, ਇਹ ਬੜੀ ਡਾਢੀ ਚੀਜ਼ ਆ, ਕਿਉਂਕਿ ਇਹਦੇ 'ਚ ਬਾਡੀ ਜਿਹੜੀ ਪੰਜਾਬ ਕੋਲ ਅਲਗੋਜ਼ੇ ਅਲਗੋਜ਼ੇ ਸਰੰਗੀਆਂ ਜਿਹੜੇ ਮਿਊਜ਼ਿਕ ਦੀਆਂ ਜਿਹੜੇ ਇੰਸਟਰੂਮੈਂਟਸ ਆ, ਇਹਨਾਂ ਦੇ ਅੰਦਰ ਵਿਸ਼ਵ ਦੇ ਮੈਨ ਦੀ ਬਾਡੀ ਦੇ
रंग जगाने की कोई डिमेंशन है जिवें गुरु ग्रंथ साहिब का जो शब्द का प्रकाश है उसके अंदर भी विश्व की मेटाफिजिकल स्ट्रक्चर एग्जिस्टेंशियल एक्सपीरियंस नूं बैलेंस देने का रिदम है। इस मतलब विश्व के इस हड़ के विच असीं खड़ जरूर सकते पर असीं क्यों नहीं खड़ रहे क्योंकि साडियां जिहड़ियां हिस्टरी की डिवेलपमेंट हुई इस शब्द के एक्सपीरियंस के दुआले उहदियां प्रॉब्लम्स बहुत ज्यादा विश्व के विच इस वेले जिहड़ी दो स्कूल फिलासफी के चल रहे हैं कॉन्टिनेंटल ते एनालिटिकल इन्हां दे विच प्रॉब्लम ही यही चल रही है कि जिहड़ा एनालिटिकल स्कूल आ ਉਹ ਮੈਟਾਫਿਜ਼ੀਕਲ ਡਾਇਮੈਂਸ਼ਨ ਨੂੰ ਡੋਮੀਨੇਟ ਕਰਾਉਣਾ ਚਾਹੁੰਦਾ ਹੈ ਤੇ ਜਿਹੜਾ ਕੰਟੀਨੈਂਟਲ ਆ ਉਹ ਐਗਜ਼ਿਸਟੈਂਸ਼ੀਅਲ ਐਕਸਪੀਰੀਅੰਸ ਨੂੰ ਡੋਮੀਨੇਟ ਕਰਾਉਣਾ ਚਾਹੁੰਦਾ ਜਿਹਦੇ ਜੋ ਕੀਰਕੇਗਾਰਡ ਦੇ ਆਪਣੇ ਕੀ ਨਾ ਨਿਸ਼ਚੇ ਵਰਗੇ ਸਕਾਲਰਸ ਨੇ ਫਿਗਰ ਨੂੰ ਤੋੜਿਆ। ਉਹ ਕਹਿੰਦੇ ਆ ਕਿ ਜਿਹੜਾ ਸਟਰਕਚਰ ਆ ਜਿਹੜਾ ਥਾਟ ਆ ਕਿਸੇ ਚੀਜ਼ ਨੂੰ ਦੇਖਣ ਦਾ ਜਿਵੇਂ ਆ ਕਮਰਾ ਇਹ ਬਣਾਇਆ ਇੱਥੇ ਸਪੇਸ ਨੂੰ ਡਿਵਾਈਡ ਕੀਤਾ ਗਿਆ ਜਿਹੜਾ ਉਹ ਜਿਹੜੀ ਸਪੇਸ ਦੀ ਸੈਂਸ ਆ ਉਹ ਜਿਹੜੀ ਟਾਈਮ ਦੀ ਸੈਂਸ ਆ ਉਹ ਹਿਊਮਨ ਈਗੋ ਤੋਂ ਮਨਫੀ ਨਹੀਂ ਹੈ। ਇਸ ਕਰਕੇ ਉੱਥੇ ਜਿਹੜਾ ਵੀ ਥੋਟ ਪੈਟਰਨ ਨੂੰ ਬਣਾਇਆ ਜਾਂਦਾ ਉਹ ਅਦਰ ਕਲਚਰਸ ਨੂੰ ਅਦਰ ਲੈਂਗੁਏਜ ਨੂੰ ਡੋਮੀਨੇਟ ਕਰਨ ਲਈ ਐਕਸਪਲੋਇਟ ਕਰਨ ਲਈ ਬਣਾਇਆ ਜਾਂਦਾ ਜਿਹਨੂੰ ਪੋਲੀਟੀਕਲ ਸਾਇੰਸ ਵਾਲੇ ਕਹਿੰਦੇ ਹੈਜਮਨਿਕ ਦੂਜੇ ਨੂੰ ਕੰਟਰੋਲ ਕਰਦਾ ਉਹਨੂੰ ਆਪਣੇ ਅਧੀਨ ਕਰਦਾ ਉਹਦੀ ਐਨਰਜੀ ਨੂੰ ਤੇ ਆਪਾਂ ਅੱਗੇ ਜਾ ਕੇ ਦੇਖਾਂਗੇ ਕਲੋਨੀਅਲ ਡਿਸਕੋਰਸ ਕਿਸ ਤਰ੍ਹਾਂ ਹੈਜਮਨਿਕ ਆ ਤੇ ਉਹਨੇ ਪੰਜਾਬ ਦੇ ਵਿੱਚ ਜਿਹੜੀਆਂ ਇੰਟਰਪ੍ਰੀਟੇਸ਼ਨ ਦਿੱਤੀਆਂ ਰਿਲੀਜੀਅਸ ਦੀਆਂ ਬੇਸਿਕਲੀ ਉਹ ਸ਼ਬਦ ਦੀ ਇੰਡੀਅਨ ਟ੍ਰੈਡੀਸ਼ਨ ਦੀਆਂ ਪਰੰਪਰਾਵਾਂ ਨਹੀਂ ਹਨ ਤੇ ਅਸੀਂ ਆਪਣੀ એનર્ਜੀ ਉਹਨਾਂ ਨੂੰ ਦਿੱਤੀ ਅਸੀਂ ਆਪਣੀ ਫਿਜ਼ੀਕਲ એનર્ਜੀ ਫੌਜ ਦੇ ਤੌਰ ਤੇ ਦਿੱਤੀ ਧਰਤੀ ਨੂੰ ਐਕਸਪਲੋਇਟ ਉਹਨਾਂ ਨੇ ਕੀਤਾ ਤੇ ਰਿਲੀਜੀਅਸ ਦੀਆਂ ਇੰਟਰਪ੍ਰੀਟੇਸ਼ਨ ਨੂੰ ਅਸੀਂ ਆਪਣੇ ਜਿਹੜੇ ਆਤਮਾ ਦੀ એનર્ਜੀ ਬਾਡੀ ਦੇ ਵਿੱਚ ਲਿਆਉਣ ਦੇ ਜਿਹੜੇ ਰਾਹ ਕੱਢੇ ਉਹ ਅਸੀਂ ਬਿਲਕੁਲ ਕਲੋਨੀਅਲ ਡਿਸਕੋਰਸ ਦੀਆਂ ਇੰਟਰਪ੍ਰੀਟੇਸ਼ਨ ਦੇ ਕੱਢੇ ਜਿਹਦੇ ਵਿੱਚ ਉਹ ਸਾਡੇ ਦੰਗੇ ਵੀ ਹੋਏ। ਕੋਈ ਲਫ਼ਜ਼ ਧਰਤੀ ਦੇ ਉੱਤੇ ਸਿੱਖਿਜ਼ਮ ਨਹੀਂ ਐਗਜ਼ਿਸਟ ਕਰਦਾ ਜੇ ਕੋਈ ਲਫ਼ਜ਼ ਧਰਤੀ ਦੇ ਉੱਤੇ ਹਿੰਦੂਇਜ਼ਮ ਐਗਜ਼ਿਸਟ ਨਹੀਂ ਕਰਦਾ ਸਾਡੀ ਟ੍ਰੈਡੀਸ਼ਨ ਦੇ ਵਿੱਚ ਇਹ ਲਫ਼ਜ਼ ਨਹੀਂ ਹਨ ਸਨਾਤਨੀ ਟਰੁੱਥ ਹੈ। ਜਿੰਨੀਆਂ ਜਾਗਰਤੀ ਲਹਿਰਾਂ ਚੱਲੀਆਂ ਤਾਂ ਇਹਦੇ 'ਚ ਇੱਕ ਨੁਕਤਾ ਖਾਸ ਸਮਝਣ ਵਾਲਾ ਕਿ ਜਦੋਂ ਮੈਟਾਫਿਜ਼ੀਕਲ ਐਕਸਪੀਰੀਅੰਸ ਜਿਹੜਾ ਆ ਉਹ ਐਗਜ਼ਿਸਟ ਬਾਡੀ ਦੇ ਐਕਸਪੀਰੀਅੰਸ ਨਾਲੋਂ ਅੱਡ ਹੁੰਦਾ ਆ ਤਾਂ ਉਦੋਂ ਰੇਸਿਜ਼ਮ ਦੀ ਅਨਾਰਕੀ ਧਰਤੀ ਦੇ ਉੱਤੇ ਫੈਲਦੀ ਹੈ ਤੇ ਰੇਸਿਜ਼ਮ ਇੱਕ ਬਲਾਈਂਡ ਐਨਰਜੀ ਆ ਜਿਹਨੇ ਸਿਵਲਾਈਜੇਸ਼ਨ ਦਾ ਪ੍ਰੋਸੈਸ ਹਾਸਲ ਨਹੀਂ ਕੀਤਾ ਉਹਦੀ ਭੁੱਖ ਉਹਦੀ ਬਾਡੀ ਦੀ ਡਿਮਾਂਡ ਉਹਦੀ ਕਬਜ਼ੇ ਦੀ ਰੁਚੀ ਉਹਦੀ ਡੋਮੀਨੈਂਸ ਉਹਦੀ ਪਾਵਰ ਦੇ ਜਿਹੜੇ ਸਟਰਗਲਸ ਆ ਉਹਦਾ 뮤직 ਦੀ ਦਿਸ਼ਾ ਤੁਸੀਂ ਦੇਖੋ ਡਿਨੀਸ਼ੀਅਨ ਨੂੰ ਕਿਉਂ ਚੱਕਦਾ ਹੈ ਨਿਸ਼ੇ ਬਰਥ ਆਫ ਟ੍ਰੈਜਡੀ ਦੇ ਵਿੱਚ ਜਿਹੜਾ ਡਿਨੀਸ਼ੀਅਨ ਪੈਸ਼ਨ ਆ ਜਿਹੜਾ ਬਾਡੀ ਦੀ ਅਨਾਰਕੀ ਦਾ ਪੈਸ਼ਨ ਆ ਜਿਹਨੂੰ ਹਿੰਦੁਸਤਾਨ ਦੇ ਵਿੱਚ ਤੁਹਾਨੂੰ ਦੇਖੋ ਤੁਹਾਡੀ ਪੜ੍ਹਾਈ ਸਾਡੀ ਸਾਰਿਆਂ ਦੀ ਕਿੱਥੇ ਜਾ ਚੁੱਕੀ ਹੈ ਇਹ ਬੜੀ ਔਡ ਗੱਲ ਲੱਗਣੀ ਹੈ। ਨਿਸ਼ੇ ਦਾ ਡਿਨੀਸ਼ੀਅਨ ਸ਼ਿਵਜੀ ਮਹਾਰਾਜ ਦੀ ਜੰਜ ਦੇ ਸਾਹਮਣੇ ਕੁਝ ਵੀ ਨਹੀਂ ਹੈ। ਸ਼ਿਵਜੀ ਦੀ ਜੰਜ ਬੁੱਧ ਦੇ ਉੱਤੇ ਆ ਜਿਹਦੇ ਵਿੱਚ ਅਨਾਰਕੀ ਜਿਹੜੀ ਬਾਡੀ ਦੀ ਉਹਦੇ ਜੰਜੀ ਬਣੇ ਹੋਏ ਆ ਉਹਦੇ 'ਚ ਐਨੀਮਲਸ ਆ ਉਹਦੇ 'ਚ ਨਸ਼ਈ ਲੋਕ ਆ ਉਹਦੇ 'ਚ ਡਰਮ ਆ ਉਹਦੇ 'ਚ ਮਿਊਜ਼ਿਕ ਆ ਉਹਦੇ 'ਚ ਬੰਦੇ ਦੀਆਂ ਜਿਹੜੀਆਂ ਅਬਨੋਰਮਲ ਜਿਹੜੀਆਂ ਸਾਰੀਆਂ ਡਿਮੈਂਸ਼ਨਸ ਆ ਉਹਦੇ ਮਾਇੰਡ ਦੀਆਂ ਇਹ ਸ਼ਿਵਜੀ ਦੀ ਜੰਜ ਬਣੀਆਂ ਨਹੀਂ। ਜਦੋਂ ਨਿਸ਼ੇ ਅਪੋਲੋ ਦੇ ਡਿਲੀਸ਼ੀਅਸ ਦਾ ਟਕਰਾਅ ਪੈਦਾ ਕਰਦਾ ਅਪੋਲੋ ਜਿਹੜਾ ਰਿਫਾਈਨਡ ਐਥੀਕਲ ਡਿਮੈਂਸ਼ਨਸ ਨੂੰ ਪੇਸ਼ ਕਰਨ ਵਾਲਾ ਗੋਡ ਹੈ ਡਿਲੀਸ਼ੀਅਸ ਬਾਡੀ ਦੀ ਅਬਨੋਰਮੈਲਿਟੀ ਨੂੰ ਬਾਡੀ ਦੇ ਜੋਸ਼ ਨੂੰ ਪੇਸ਼ ਕਰਨ ਵਾਲਾ ਮਾਡਰਨ ਮਿਊਜ਼ਿਕ ਸਾਰਾ ਬਾਡੀ ਦਾ ਉਤੇਜਨਾ ਹੈ। ਸਾਰੇ ਜਿਹੜੇ ਤੁਸੀਂ ਮੋਟਰਸਾਈਕਲ ਤੇਜ਼ ਭਜਾਉਂਦੇ ਹੋ ਜਾਂ ਹੋਰ ਸ਼ਰਾਬਾਂ ਸ਼ਰੂਬਾਂ ਨਾਚ ਗਾਣ ਇਹ ਡਿਲੀਸ਼ੀਅਸ ਡਿਮੈਂਸ਼ਨ ਤੁਹਾਡੇ ਅੰਦਰ ਜਾਗ ਰਹੀ ਹੈ ਕਿਉਂਕਿ ਤੁਸੀਂ ਕਿਸੇ ਸਟਰਕਚਰ ਤੋਂ ਦੁਖੀ ਹੋ ਉਹ ਸਟਰਕਚਰ ਤੋੜਨਾ ਨਹੀਂ ਆਉਂਦਾ ਤੁਹਾਨੂੰ ਇਸ ਕਰਕੇ ਮਾਈਂਡ ਵੀਕ ਹੋ ਗਿਆ ਬਾਡੀ ਦੇ ਨੇੜੇ ਜਾ ਰਿਹਾ ਹੈ ਤੇ ਬਾਡੀ ਨੂੰ ਕਲਟੀਵੇਟ ਨਹੀਂ ਕਰ ਰਿਹਾ ਬਾਡੀ ਦਾ ਪੈਸ਼ਨ ਸਿਵਲਾਈਜ਼ ਨਹੀਂ ਹੋ ਰਿਹਾ ਸੱਭਿਆਚਾਰ ਨਹੀਂ ਬਣ ਰਿਹਾ ਬਾਡੀ ਐਨੀਮਲ ਬਾਡੀ ਵੱਲ ਜਾ ਰਹੀ ਹੈ। ਬੰਦੇ ਨੂੰ ਪੜਕ ਚੰਗੀ ਲੱਗਦੀ ਸ਼ਰਾਬ ਚੰਗੀ ਲੱਗਦੀ ਕਿੱਥੇ ਅੰਦਰ ਆਨੰਦ ਕਾਰਜ ਹੁੰਦਾ ਕਿੱਥੇ ਉਹ ਕਿਹੋ ਜਿਹੀ ਡਿਮੈਂਸ਼ਨ ਆ ਕਿਹੋ ਜਿਹਾ ਦ੍ਰਿਸ਼ ਆ ਧਰਤੀ ਦੇ ਉੱਤੇ ਦੋ ਜਵਾਨ ਬਾਡੀ ਆਪਣੇ ਆਪ ਨੂੰ ਕਿਸੇ ਡਿਵਾਈਨ ਲਾਅ ਦੇ ਹਵਾਲੇ ਕਰਦੀਆਂ ਆਪਣੀ ਬਾਡੀ ਨੂੰ ਕਿਸੇ ਡਿਵਿਨਿਟੀ ਦੇ ਹਵਾਲੇ ਕਰਕੇ ਕ੍ਰੀਏਟੀਵਿਟੀ ਦਾ ਪੈਸ਼ਨ ਸ਼ੁਰੂ ਕਰਦੀਆਂ ਕਿੱਥੇ ਬਾਹਰ ਬੈਠਾ ਬੰਦਾ ਸ਼ਰਾਬ ਪੀਂਦਾ ਜਾਂ ਕਿੱਥੇ ਆ ਕੇ ਅਸੀਂ ਗੀਤ ਸੁਣਦੇ ਹਾਂ ਕੀ ਗੀਤ ਸਾਡਾ ਗੀਤ ਗੁੰਮਿਆ ਹੋਇਆ। ਇਸ ਕਰਕੇ ਜਿਹੜਾ ਮੇਰੇ ਥੀਸਿਸ ਮੈਂ ਥੋੜ੍ਹਾ ਜਿਹਾ ਬੋਲਣਾ ਇੱਕੋ ਹੀ ਥੀਸਿਸ ਬਾਕੀ ਡਾਟਾ ਸਾਰਾ ਤੁਸੀਂ ਜਾਣਦੇ ਹੋ ਥੀਸਿਸ ਇਹ ਬਣਦਾ ਕਿ ਜਿਹੜਾ ਮਾਈਂਡ ਦੇ ਅੰਦਰ ਇੱਕ ਯੂਨੀਵਰਸਲ ਸਟਰਕਚਰ ਪਿਆ ਹੋਇਆ ਉਹ ਵਰਲਡ ਦੀ ਫਿਲਾਸਫੀ ਦੇ ਵਿੱਚ ਮਾਨਸਿਕਤਾ ਦੇ ਅਧੀਨ ਆ ਗਿਆ
ਉਹ ਮਾਨਸਿਕਤਾ ਦੇ ਜੁਸ ਤੋਂ ਨਿਰਲੇਪ ਨਹੀਂ ਹੈ, ਮੈਟਾਫਿਜ਼ਿਕਲ ਉਹ ਪਿਓਰ ਮੈਟਾਫਿਜ਼ਿਕਸ ਨਹੀਂ, ਉਹ ਟ੍ਰਾਂਸਪੇਰੈਂਟ ਮੈਟਾਫਿਜ਼ਿਕਸ ਨਹੀਂ। ਉਹ ਇਹ ਚੀਜ਼ ਜਦੋਂ ਨਹੀਂਗੀ, ਬਾਡੀ ਦੀ ਅਨਾਰਕੀ ਨੂੰ ਸਿਵਿਲਾਈਜੇਸ਼ਨ ਨਹੀਂ ਹੋ ਸਕਦੀ, ਕਲਚਰ ਨਹੀਂ ਹੋ ਸਕਦਾ। ਬੰਦਾ ਫਿਰ ਬਾਡੀ ਨੂੰ ਭੁਗਤਦਾ, ਬਾਡੀ ਦੇ ਰੰਗ ਢੰਗ ਜੇ ਜਿੱਧਰ ਨੂੰ ਤੇਜਨਾ ਜਾਂਦੀ ਰਹੀ ਜਾਂਦਾ, ਉਹਦਾ ਗੀਤ ਨਹੀਂ ਬਣ ਸਕਦਾ, ਉਹਦੇ ਚੋਂ ਸਿਵਿਲਾਈਜੇਸ਼ਨ ਨਹੀਂ ਨਿਕਲ ਸਕਦੀ, ਉਹਦਾ ਸਿੰਬਲਿਜ਼ਮ ਕੰਟਰੋਲਡ ਰਿਦਮ ਦੇ ਵਿੱਚ ਨਹੀਂ ਆ ਸਕਦਾ, ਜਿੱਥੇ ਕੰਟਰੋਲ ਵੀ ਹੋਵੇ ਪਰ ਕੰਟਰੋਲ ਦਾ ਪਤਾ ਨਾ ਲੱਗੇ। ਜਿਵੇਂ ਪੋਇਟਰੀ 'ਚ ਥਾਟ ਹੁੰਦਾ, ਪੋਇਟਰੀ ਥਾਟ ਨੂੰ ਮਿਨੀਮਾਈਜ਼ ਕਰਦੀ ਹੈ, ਪੋਇਟਰੀ ਥਾਟ ਦੇ ਸਟਰਕਚਰ ਦੀ ਡੋਮੀਨੈਂਸ ਤੋਂ ਮੁਕਤੀ ਹੈ, ਪੋਇਟਰੀ ਫਲਸਫਿਕ ਕੈਟੇਗਰੀਜ਼ ਤੋਂ ਮੁਕਤੀ ਹੈ। ਤੇ ਜਿਹੜੇ ਇਹ ਲਫ਼ਜ਼ ਅਸੀਂ ਚੁੱਕ ਲਏ ਹੋਏ ਆ, ਗੁਰਬਾਣੀ ਦਾ ਸਿਧਾਂਤ, ਗੁਰਬਾਣੀ ਦੀ ਵਿਚਾਰਧਾਰਾ, ਜੇ ਵਿਚਾਰਧਾਰਾ ਲਫ਼ਜ਼ ਨੂੰ ਤੁਸੀਂ ਠੀਕ ਰਿਲਾਈਜ਼ ਕਰੋ, ਇਹ ਲਫ਼ਜ਼ ਬਹੁਤ ਛੋਟੇ ਲਫ਼ਜ਼ ਆ, ਇਹ ਤਾਂ ਐਪਲ ਦੀ ਡਿਮੈਂਸ਼ਨ ਦੇ ਵਿੱਚ ਆ, ਇਹਦੇ 'ਚ ਡਿਨੀਸ਼ੀਅਨ ਨਹੀਂ ਆਉਂਦਾ। ਪਰ ਜਿਹੜੀ ਸਾਡੀ ਧਰਤੀ ਆ, ਇਹਦੇ 'ਚ ਡਿਨੀਸ਼ੀਅਨ ਜੇ ਕਿਹੜਾ ਹੋਵੇ ਤਾਂ ਇਹਦੇ 'ਚ ਜਿਹੜੀ ਵਿਸ਼ਨੂੰ ਅਤੇ ਜਿਹੜਾ ਸ਼ਿਵਜੀ ਹੈ ਇਹਦਾ ਰਿਲੇਸ਼ਨ ਚੱਲ ਰਿਹਾ ਇੰਡੀਅਨ ਮੈਥੋਲੋਜੀ ਦੇ ਵਿੱਚ। ਇਹਦੇ ਵਿੱਚੋਂ ਵੀ ਇੱਕ ਹੋਰ ਚੀਜ਼, ਜੇ ਟਾਈਮ ਹੋਵੇ ਮੈਂ ਦੋ ਚੀਜ਼ਾਂ ਦੱਸਣਾ ਚਾਹੁੰਦਾ ਹਿਸਟਰੀ ਦੇ ਵਿੱਚੋਂ ਇਸ ਚੀਜ਼ ਨੂੰ। ਸਾਡੇ ਜਿਹੜੀ ਚੇਂਜ ਦੀਆਂ ਸਿਚੁਏਸ਼ਨਸ ਵਾਪਰੀਆਂ ਜਦੋਂ ਬੁੱਧਿਜ਼ਮ ਪੈਦਾ ਹੋਇਆ ਉਦੋਂ ਵਾਪਰੀ। ਬੁੱਧਿਜ਼ਮ ਨੇ ਜਿਹੜੇ ਇਸ ਧਰਤੀ ਦੇ ਵੰਡਰ ਦੇ ਐਕਸਪੀਰੀਅੰਸ ਆ ਰਿਗਵੇਦ ਦੇ ਵਿੱਚ ਪਏ, ਜਿਨ੍ਹਾਂ 'ਚੋਂ ਦੇਵਤਿਆਂ ਦੀ ਫਾਰਮੇਸ਼ਨ ਹੁੰਦੀ ਆ, ਤੇ ਦੇਵਤੇ ਬੇਸਿਕਲੀ ਬਾਡੀ ਦੀਆਂ ਸੂਖਮ ਦਿਸ਼ਾਵਾਂ ਦਾ ਸੀਕਰਟ ਮੈਨੀਫੈਸਟੇਸ਼ਨ ਦੇ ਵਿੱਚ ਘਲਿਆ ਹੋਇਆ ਰੂਪ ਹੁੰਦੇ ਆ। ਉਹ ਜਿਹੜੀਆਂ ਮੈਨੀਫੈਸਟੇਸ਼ਨਸ ਹੋਈਆਂ ਉਹਨਾਂ ਦੇ ਵਿੱਚ ਜਿਹੜੀ ਇੱਕ ਬ੍ਰਾਹਮਣਿਕਲ ਸਟਰਕਚਰ ਚੱਲਦਾ ਪਿਆ ਜਿਹੜਾ ਹੈਜਮੋਨਿਕ ਆ, ਪਰ ਡਿਵੀਜ਼ਨ ਤੋਂ ਬਗੈਰ ਧਰਤੀ ਹੋ ਨਹੀਂ ਸਕਦੀ। ਇਸ ਕਰਕੇ ਸਿੱਧਾ ਸਿੱਧਾ ਕਿਸੇ ਵੀ ਡਿਵੀਜ਼ਨ ਨੂੰ ਬੁਰਾ ਨਹੀਂ ਕਿਹਾ ਜਾ ਸਕਦਾ, ਬ੍ਰਾਹਮਣਿਜ਼ਮ ਨੂੰ ਨਹੀਂ ਸਿੱਧਾ ਸਿੱਧਾ ਬੁਰਾ ਕਿਹਾ ਜਾ ਸਕਦਾ। ਠੀਕ ਹੈ ਕਿ ਉਹਦੇ ਪਾਪੂਲਰ ਕਲਚਰ ਦੇ ਵਿੱਚ ਜਿਹੜੇ ਪ੍ਰਭਾਵ ਪਏ ਉਹ ਨੈਗੇਟਿਵ ਆ ਤੇ ਅਸੀਂ ਉਹਦੇ ਅਗੇਂਸਟ ਹਾਂ, ਪਰ ਧਰਤੀ ਦੇ ਉੱਤੇ ਡਿਵੀਜ਼ਨ ਤੇ ਉਹਦੀ ਟੋਟਲ ਯੂਨਿਟੀ, ਇਹ ਰਿਲੇਸ਼ਨ ਹਮੇਸ਼ਾ ਰਹਿਣਗੇ। ਤੇ ਇਹਨਾਂ ਦੀ ਤਲਾਸ਼ ਕਿੰਨੀ ਕੁ ਪਿਓਰ ਆ ਬੰਦੇ ਦੇ ਅੰਦਰ, ਜਿਵੇਂ ਘਰ ਦੇ ਵਿੱਚ ਕਿੰਨੇ ਕਮਰੇ ਆ, ਜਿਵੇਂ ਮੈਂ ਕਹਾਂ ਵੀ ਮੇਰੇ ਵੀ ਬ੍ਰਹਮਣਿਜ਼ਮ ਆ, ਜਿਹੜੀ ਮਾਡਰਨ ਸਬਜੈਕਟਸ ਦੀ ਡਿਵੀਜ਼ਨ ਹੋਈ ਦੀ ਹੈ, ਇਹ ਵੀ ਡਿਵੀਜ਼ਨ ਇੱਕ, ਇਹ ਵੀ ਇੱਕ ਪਲੇ ਆ ਵੈਸਟਰਨ ਮੈਟਾਫਿਜ਼ਿਕਸ ਦਾ, ਕਿ ਤੁਸੀਂ ਹਿਸਟਰੀ ਨੂੰ ਕਿਸੇ ਹੋਰ ਤਰ੍ਹਾਂ ਦੇਖੋ ਤੇ ਉਹਦੇ 'ਚ ਭਾਵੇਂ ਥੋੜ੍ਹਾ ਬਹੁਤਾ ਤੁਸੀਂ ਇੰਟਰ ਸਬਜੈਕਟਸ ਦਾ ਵੀ ਰਿਲੇਸ਼ਨ ਜਿਹਾ ਬਣਾ ਰਹੇ ਹੋ, ਪਰ ਉਹਦਾ ਟੋਟਲ ਐਕਸਪੀਰੀਅੰਸਿੰਗ ਜਿਹੜੀ ਯੂਨਿਟੀ ਵਾਲੀ ਨਹੀਂ ਬਣਦੀ ਪਈ। ਇੱਕ ਯੂਨਿਟ ਦੇ ਵਿੱਚ ਉਹ ਸਾਰੀ ਵਰਾਇਟੀ ਕਿਸ ਤਰ੍ਹਾਂ ਖੇਡਦੀ ਹੈ। ਇੰਜ ਜਿਹੜਾ ਜਦੋਂ ਇੱਥੇ ਉਹ ਗੋਡਸ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਈਆਂ, ਸੋਸਾਇਟੀ ਦੀਆਂ ਪ੍ਰੋਬਲਮਸ ਆਈਆਂ, ਉਹਦੇ ਸਾਹਮਣੇ ਇੱਕ ਟਰੁੱਥ ਖੜਾ ਹੋਇਆ ਵੱਡਾ, ਜਿਹੜਾ ਸ਼ੂਨਿਆ ਦਾ ਟਰੁੱਥ ਆ, ਜਿਹਨੇ ਫਿਜ਼ੀਕਲ ਵਰਤਾਰੇ ਦੀ ਤੇ ਮਾਈਂਡ ਦੀ ਅਲਟੀਮੇਟ ਤੇ ਰੈਸ਼ਨੈਲਿਟੀ ਦੇ ਅਲਟੀਮੇਟ ਨੂੰ ਇੱਕ ਐਗਨੋਸਟਿਸਿਜ਼ਮ ਦੇ ਸਾਹਮਣੇ ਖੜਾ ਕਰ ਦਿੱਤਾ ਤੇ ਬੁੱਧ ਨੇ ਸਾਰਾ ਹੀ ਬੁੱਧ ਤੋੜਤਾ। ਇਸ ਕਰਕੇ ਭਾਰਤ ਦੀ ਧਰਤੀ ਦੇ ਉੱਤੇ ਵੱਡੀ ਚਿੰਤਨ ਦੀ ਪਰੰਪਰਾ ਪੈਦਾ ਹੋਈ ਏਰੀਅਨ ਗੋਡ ਦੇ ਰਾਹੀਂ। ਉਹਦੇ ਪੈਰਲਲ ਜਿਹੜਾ ਡਾਇਲੋਗ ਚੱਲਿਆ ਉਹ ਬੁੱਧ ਦਾ ਡਾਇਲੋਗ ਚੱਲਿਆ। ਬੁੱਧ ਦੇ ਡਾਇਲੋਗ ਦੇ ਵਿੱਚੋਂ ਫਿਲਾਸਫੀ ਦੀਆਂ, ਲੈਂਗੁਏਜ ਦੀਆਂ, ਸਮਾਜ ਦੀਆਂ, ਐਥਿਕਸ ਦੀਆਂ ਸਾਰੀਆਂ ਦਿਸ਼ਾਵਾਂ ਕਵਰ ਹੋਈਆਂ। ਪੰਜਾਬ ਇਹ ਚਿੰਤਨ ਪਰੰਪਰਾ ਤੋਂ ਟੁੱਟ ਰਿਹਾ, ਇਹ ਡਾਇਲੋਗ ਨੇ ਦੇਣ ਦੀ ਤਾਕਤ ਨਹੀਂ ਰੱਖਦਾ। ਬੁੱਧਿਜ਼ਮ ਨੇ ਡਾਇਲੋਗ ਦਿੱਤਾ ਹਿੰਦੂ ਪਰੰਪਰਾ ਨੂੰ, ਹਿੰਦੂ ਪਰੰਪਰਾ ਨੇ ਫਿਰ ਡਾਇਲੋਗ ਦਿੱਤਾ। ਉਹਨੇ ਸਿੱਖ ਸਿਸਟਮਸ ਪੈਦਾ ਕੀਤੇ, ਸ਼ੰਕਰਾਚਾਰੀਆ ਪੈਦਾ ਕੀਤਾ, ਤੇ ਉਹਨੇ ਮੈਥੋਲੋਜੀ ਦੇ ਵਿੱਚ ਬੁੱਧ ਨੂੰ ਵਿਸ਼ਨੂੰ ਦੇ ਅੰਦਰ ਖਿੱਚਤਾ। ਵਿਸ਼ਨੂੰ ਦੇ ਅੰਦਰ ਖਿੱਚਣ ਦਾ ਮਤਲਬ ਆ ਕਿ ਉਹਨੇ ਸ਼ਬਦ ਦੇ ਸੈਂਟਰ ਦੇ ਵਿੱਚ, ਬੁੱਧਿਜ਼ਮ ਤੇ ਹਿੰਦੂਇਜ਼ਮ ਦਾ ਫਰਕ ਕੀ ਹੈ, ਉਹਦਾ ਫਰਕ ਇਹ ਆ ਕਿ ਹਿੰਦੂਇਜ਼ਮ ਡਿਵਾਈਨ ਰੈਵੀਲੇਸ਼ਨ, ਸ਼ਰੂਤੀ, ਸ਼ਬਦ ਦੇ ਉੱਤੇ ਬੇਸਡ ਰਿਲੀਜਨ ਆ। ਬੁੱਧਿਜ਼ਮ ਕਹਿੰਦਾ ਨਹੀਂ, ਇਨਫਰੈਂਸ ਜਿਹੜੀ ਆ, ਐਕਸਪੈਰੀਮੈਂਟੇਸ਼ਨ ਜਿਹੜੀ ਆ, ਤੁਸੀਂ ਆਪਣਾ ਟਰੁੱਥ ਆਪ ਲੱਭਣਾ ਆਪਣੀ ਜਰਨੀ ਦੇ ਵਿੱਚੋਂ ਦੀ। ਉਹ ਕਹਿੰਦਾ ਨਹੀਂ, ਜਿਹੜੀ ਵੱਡੇ ਬੰਦੇ ਦੀ ਰੈਵੀਲੇਸ਼ਨ ਆ, ਰਿਵੀਲਡ ਵਰਲਡ ਆ, ਤੁਸੀਂ ਉਹਦੇ ਤੇ ਫੇਸ ਕਰਕੇ ਸਟਰਕਚਰ ਬਣਾ ਸਕਦੇ ਹੋ। ਬੁੱਧਿਜ਼ਮ ਨੇ ਟਕਰਾਅ ਪੈਦਾ ਕੀਤਾ, ਬੜਾ ਬਿਊਟੀਫੁਲ ਡਾਇਲੋਗ ਆ ਇਹਨੂੰ, ਅੱਗੋਂ ਡਾਇਲੋਗ ਜਦੋਂ ਚੱਲਦਾ ਚਿੰਤਨ ਦਾ, ਉਹਨੇ ਵਿਸ਼ਨੂੰ ਨੇ ਇਹਨੂੰ ਆਪਣੇ ਅੰਦਰ ਖਿੱਚ ਲਿਆ। ਇਹ ਇਕੱਲੀ ਚਲਾਕੀ ਨਹੀਂ ਹੈ, ਠੀਕ ਹੈ ਨਾ, ਪਾਪੂਲਰ ਰੂਪ ਦੇ ਵਿੱਚ ਚਲਾਕੀ ਵੀ ਹੈ, ਪਰ ਵੱਡੇ ਡਾਇਲੋਗ ਦੇ ਵਿੱਚ ਇਹ ਚਲਾਕੀ ਨਹੀਂ ਹੈ। ਸ਼ਬਦ ਨੇ ਸੁਣ ਆਪਣੇ 'ਚ ਥਾਂ ਦੇ ਦਿੱਤਾ। ਉਸ ਤੋਂ ਬਾਅਦ ਅਗਲਾ ਡਾਇਲੋਗ ਜਿਹੜਾ ਇਸਲਾਮ ਦਾ ਚੱਲਿਆ, ਟਰਕਿਸ਼ ਅੰਪਾਇਰ ਦਾ, ਇਸਲਾਮ ਦਾ ਨਾਂ ਕਰੋ, ਉਹਦਾ ਬੇਸ ਭਾਵੇਂ ਇਸਲਾਮ ਹੈ ਤੇ ਉਹਦਾ ਬੇਸ ਅੱਗੋ ਜੁਡਾਇਜ਼ਮ ਹੈ। ਉਹਦਾ ਸੀਗਾ ਕਿ ਇਸ ਧਰਤੀ ਤੇ ਜਿਹੜਾ ਟਾਈਮ ਦਾ ਫਨੋਮਨਾ ਸੀ, ਇਹ ਸਰਕੂਲਰ ਸੀ, ਉਹਨੇ ਲੀਨੀਅਰ ਡਾਇਮੈਂਸ਼ਨ ਟਾਈਮ ਦੀ ਲੈ ਕੇ ਆਉਂਦੀ, ਜਿਹਦੇ 'ਚ ਹਿਸਟਰੀ ਤੇ ਪੋਲਿਟਿਕਸ ਡੋਮੀਨੇਟ ਕਰਦੀ ਆ, ਤੇ ਉਹਦੇ ਵਿੱਚ ਜਦੋਂ ਰਿਲੀਜਨ ਦੀ ਮਰਿਆਦਾ ਲੂਜ਼ ਕੀਤੀ ਪੋਲੀਟੀਕਲੀ, ਤਾਂ ਇੱਕ ਰੇਸ਼ੀਅਲ
ਕ੍ਰਾਂਤੀ ਆਈ, ਉਹਨੇ ਸਾਰਾ ਵੱਡੇ ਲੈਵਲ ਤੇ ਹਿੰਦੁਸਤਾਨ ਨੂੰ ਬਦਲਿਆ। ਉਹਦੇ ਵਿੱਚੋਂ ਨਹੀਂ ਜਿਹੜਾ ਦਰਬਾਰੀ ਰਾਗ ਪੈਦਾ ਹੋਇਆ, ਉਹਦੇ ਚੋਂ ਤਾਨਸੇਨ ਪੈਦਾ ਹੋਇਆ। ਤੁਸੀਂ ਬੈਜੂ ਬਾਬਰਾ ਫਿਲਮ ਦੇਖਿਓ, ਬੈਜੂ ਬਾਬਰਾ ਦੇ ਵਿੱਚ ਸੇਤਰਡ ਜਿਹੜਾ ਕੀਰਤਨ ਆ, ਮਿਊਜ਼ਿਕ ਆ, ਤੇ ਦਰਬਾਰੀ ਕੀਰਤਨ ਆ, ਉਹਦਾ ਟਕਰਾਅ ਚੱਲਣ ਡਿਆ। ਉਹਦੇ ਚ ਪ੍ਰਭਾਤ ਫੇਰੀ ਨਿਕਲਦੀ ਆ, ਉਧਰ ਤਾਨਸੇਨ ਪ੍ਰੈਕਟਿਸ ਕਰਦਾ, ਰਾਜ ਨੂੰ ਰੋਕਦਾ ਪ੍ਰਭਾਤ ਫੇਰੀ ਨੂੰ, ਸਾਡਾ ਰਾਜ ਸੀ ਗਵਈਆ ਪ੍ਰੈਕਟਿਸ ਕਰ ਰਿਹਾ ਮਿਊਜ਼ਿਕ ਦੀ। ਗੁਰੂ ਗ੍ਰੰਥ ਸਾਹਿਬ ਦਰਬਾਰੀ ਰਾਗ ਨਹੀਂ ਹੈਗਾ, ਉਹਨੇ ਦਰਬਾਰੀ ਰਾਗ ਪੈਦਾ ਕੀਤਾ। ਮਹਾਰਾਜ ਨੇ ਇਸ ਡਾਇਲਗ ਨੂੰ, ਹਿੰਦੂ ਪਰੰਪਰਾਵਾਂ ਇਸ ਡਾਇਲਗ ਨੂੰ ਨਹੀਂ ਦੇ ਸਕੀਆਂ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਇਹ ਡਾਇਲਗ ਦਿੱਤਾ। ਇਹ ਮੁਗਲਾਂ ਨਾਲ ਜ਼ੁਲਮ ਜ਼ਲਮ, ਛੋਟੀਆਂ ਚੀਜ਼ਾਂ, ਉਹ ਬਾਹਰ ਦੀਆਂ ਚੀਜ਼ਾਂ, ਉਹ ਸਾਰੇ ਪ੍ਰਭਾਵ। ਅਸਲ ਡਾਇਲਗ ਕੀ ਆ? ਅਸਲ ਡਾਇਲਗ ਕੀ ਆ ਕਿ ਸ਼ਬਦ ਦੇ ਅਲਟੀਮੇਟ ਡਿਵਾਈਨ ਸਰਕਲ ਦੇ ਵਿੱਚ ਲੀਨੀਅਰ ਪਰਸੈਪਸ਼ਨ ਦਾ ਜ਼ਬਤ ਕਰਾ ਦਿੱਤਾ ਗਿਆ, ਉਹਨੂੰ ਵਿੱਚ ਥਾਂ ਦੇ ਦਿੱਤਾ। ਇਸੇ ਕਰਕੇ ਬਾਬਾ ਫਰੀਦ ਸਾਹਿਬ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਹੁਣ ਦੀਆਂ ਜਿਹੜੀਆਂ ਮੌਜੂਦਾ ਕੱਟੜ ਜਥੇਬੰਦੀਆਂ ਜਿਹੜੀਆਂ ਹਿੰਦੂ ਧਰਮ ਨਾਲ ਸੰਬੰਧਿਤ ਪੈਦਾ ਕੀਤੀਆਂ ਜਾ ਰਹੀਆਂ, ਗਲਤ ਕੋਈ ਨਹੀਂ ਗਾ। ਈਵਲ ਹਮੇਸ਼ਾ ਇਗਨੋਰੈਂਸ ਆ, ਉਹਨੂੰ ਗਲਤ ਕਹਿ ਕੇ ਨਹੀਂ ਬਚਿਆ ਜਾ ਸਕਦਾ। ਇਗਨੋਰੈਂਸ ਦੇ ਤੌਰ ਤੇ ਈਵਲ ਇੰਟਰਪ੍ਰੈਟ ਹੋਏਗੀ, ਫਿਰ ਹੀ ਧਰਤੀ ਬਚ ਸਕਦੀ ਆ। ਗਲਤ ਠੀਕ ਦੇ ਤੌਰ ਤੇ ਧਰਤੀ ਨਹੀਂ ਬਚ ਸਕਦੀ। ਇਸ ਕਰਕੇ ਉਹਨਾਂ ਨੇ ਜਿਹੜਾ, ਉਹਨਾਂ ਨੂੰ ਇਸਲਾਮ ਦਾ ਜਿਹੜਾ ਹਿਸਟੋਰੀਕਲ ਲਾਈਨੀਅਰ ਪਰਸੈਪਸ਼ਨ ਆ, ਉਹ ਹਿੰਦੂ ਸ਼ਬਦ ਦੇ ਵਿੱਚ ਸਮਾ ਨਹੀਂ ਰਹੀ। ਉਹਨਾਂ ਦੀਆਂ ਪ੍ਰੋਬਲਮਸ ਇਹ ਆ। ਇਸ ਕਰਕੇ ਉਹਦੇ ਬਾਅਦ ਜਿਹੜੀਆਂ ਸਾਡੇ ਕੋਲ ਜਿਹੜਾ 18ਵੀਂ ਸਦੀ ਦਾ ਡਾਇਲੋਗ ਆਇਆ, ਉਹਦੇ ਵਿੱਚ ਜਿਹੜਾ ਸਿੱਖਾਂ ਦੀ ਟ੍ਰੈਜਡੀ ਇਹ ਰਹੀ ਕਿ ਇਹ ਇਸਲਾਮ ਤੁਰਕਿਸ਼ ਅੰਪਾਇਰ ਦੇ ਜ਼ੁਲਮ ਦੇ ਨਾਲ ਲੜਦੇ ਹੋਏ ਇਹਨਾਂ ਦੀ ਮਾਨਸਿਕ ਵਰਤਾਰੇ ਨੇ ਉਹਨਾਂ ਦੇ ਟਾਈਮ ਦੀ ਦਿਸ਼ਾ ਨੂੰ ਅਪਣਾ ਲਿਆ, ਜਿਹਦੇ ਕਰਕੇ ਤੁਰਕਿਸ਼ ਰੇਸ਼ੀਅਲਿਜ਼ਮ ਦਾ ਪੈਰਲਲ ਪੰਜਾਬ ਦੇ ਸਿੱਖ ਰੇਸ਼ੀਅਲਿਜ਼ਮ ਦੇ ਵਿੱਚ ਪੈਦਾ ਹੋਇਆ, ਤੇ ਪੰਜਾਬ ਦਾ ਸਾਰੇ ਰੇਸ਼ੀਅਲਿਜ਼ਮ ਸਿੱਖੀ ਦੇ ਵਿੱਚ ਕਨਵਰਟ ਹੋ ਗਿਆ। ਇਹ ਹਿਸਟਰੀ ਦੀ ਪ੍ਰੋਬਲਮ ਆ ਤੌਰ ਦੀ, ਉਹਦੇ ਆਈਡੀਅਲ ਸ਼ਬਦ ਦੇ ਸਰਕੂਲਰ ਪ੍ਰਸਾਰ ਵਾਲੇ। ਇੱਕ ਮਿੰਟ, ਪਰ ਜਿਹੜੀ ਉਹਦੀ ਪ੍ਰੋਬਲਮ ਆ, ਉਹਦੀ ਡਿਵੋਸ਼ਨ, ਉਹਦਾ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟਿਕਦਾ ਉਸ ਰੇਸ਼ੀਅਲ ਫੈਨੋਮੇਨੇ ਦਾ, ਜਿਹਦਾ ਟਾਈਮ ਸਰਕੂਲਰ ਆ, ਜਿਹਨੇ ਆਪਣੇ ਵਿੱਚ ਹਿਸਟਰੀ ਨੂੰ ਇੱਕ ਛੋਟੇ ਫੈਨੋਮੇਨੇ ਦੇ, ਛੋਟੇ ਦਾ ਮਤਲਬ ਮਾੜਾ ਨਹੀਂ, ਘਟੀਆ ਨਹੀਂ, ਉਹਦਾ ਜਿੰਨਾ ਥਾਂ ਬਣਦਾ ਉਹ ਦਿੱਤਾ, ਉਹਨੂੰ ਡੋਮੀਨੇਟ ਨਹੀਂ ਕਰਾਇਆ। ਭਾਵ ਧਰਤੀ ਦੀ ਲਿਮਿਟੇਸ਼ਨ ਦੀ ਸਾਈਕੀ ਨੂੰ, ਬੋਡੀ ਦੀ ਲਿਮਿਟਡ ਸਾਈਕੀ ਨੂੰ ਅੰਦਰਲੇ ਸ਼ਬਦ ਦੀ ਯੂਨੀਵਰਸੈਲਿਟੀ ਦੇ ਉੱਤੇ ਡੋਮੀਨੇਟ ਨਹੀਂ ਹੋਣ ਦਿੱਤਾ। ਪਰ ਇਸ ਰੇਸ਼ੀਅਲ ਵਰਤਾਰੇ ਦੀ ਕਲਚਰਲ ਮਾਨਸਿਕ ਬਣਤਰ ਦੇ ਆਦਰਸ਼ ਤੋਂ ਪੈਦਾ ਹੋਏ, ਜਿਹੜੇ ਟਾਈਮ ਦੀ ਲੀਨੀਅਰ ਦਿਸ਼ਾ ਦੇ ਵਿੱਚ ਰੇਸ਼ੀਅਲ ਸਾਈਕੀ ਦੇ ਫੈਨੋਮੇਨੇ ਚੋਂ ਪੈਦਾ ਹੋਏ ਆ। ਇਸ ਤੋਂ ਬਾਅਦ ਇਹ ਰਾਜ ਤੱਕ ਜਾਂਦੀ, ਰਣਜੀਤ ਸਿੰਘ ਦੇ ਰਾਜ ਤੱਕ ਗੱਲ ਜਾਂਦੀ ਆ, ਰਲੇ ਮਿਲੇ ਪ੍ਰਭਾਵਾਂ ਦੇ ਨਾਲ ਹੌਲੀ ਹੌਲੀ ਸ਼ਬਦ ਲੂਜ਼ ਕਰਦਾ ਜਾ ਰਿਹਾ, ਰੇਸ਼ੀਅਲ ਫੀਨੋਮੀਨੇ ਦੀ ਸਾਈਕੀ ਦੇ ਆਦਰਸ਼ ਮਿਊਜ਼ਿਕ ਇੰਟਰਪ੍ਰੀਟੇਸ਼ਨ ਵੱਧਦੀਆਂ ਜਾ ਰਹੀਆਂ, ਜਿਹਦੀ ਅਨਾਰਕੀ ਨੂੰ ਸਿੰਘ ਸਭਾ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇੱਕ ਲਾਈਨ 'ਚ ਗੱਲ ਕਰਨੀ ਆ ਕਿ ਸਿੰਘ ਸਭਾ ਨੇ ਹੀਗਲੀਅਨ ਮਾਡਲ ਨੂੰ, ਕਿਉਂਕਿ ਹੀਗਲ ਨੇ ਜਦੋਂ ਦੇਖਿਆ ਕਿ ਈਸਟ ਦਾ ਡਾਟਾ ਸਾਹਮਣੇ ਆ ਗਿਆ, ਤਾਂ ਈਸਟ ਦੇ ਡਾਟੇ ਨੂੰ ਵਾਈਟ ਰੇਸ ਦਾ ਜਿਹੜਾ ਮੈਟਾਫਿਜ਼ੀਕਲ ਸਟਰਕਚਰ ਆ ਉਹ ਕਿੱਥੇ ਰੱਖੇ? ਰਾਜ ਇਕੱਲੇ ਬੰਦੇ ਦੇ ਉੱਤੇ ਨਹੀਂ ਹੁੰਦਾ, ਰਾਜ ਨੂੰ ਮਿੰਟ 'ਚ ਟੁੱਟ ਜਾਂਦੇ ਆ, ਇੱਕ ਬੰਦਾ ਹੀ ਕਾਫੀ ਹੁੰਦਾ ਧਰਤੀਆਂ ਨੂੰ ਤੋੜਨ ਲਈ। ਜਦੋਂ ਸਟਰਕਚਰ ਟੁੱਟ ਜਾਂਦੇ ਆ, ਧਰਤੀਆਂ ਦੇ ਉੱਤੇ ਜੇਤੂ ਜਲਾਲ ਪੈਦਾ ਹੁੰਦਾ, ਕੌਮਾਂ ਦੇ ਵਿੱਚ ਜਾਨ ਆ ਜਾਂਦੀ ਆ, ਧਰਤੀਆਂ ਦੇ ਉੱਤੇ ਰੈਵੋਲਿਊਸ਼ਨ ਵਾਪਰਨੇ ਸ਼ੁਰੂ ਹੋ ਜਾਂਦੇ ਆ, ਇੱਕ ਬੰਦਾ ਹੀ ਕਾਫੀ ਹੁੰਦਾ। ਉਹ ਜਿਹੜਾ ਹੀਗਲ ਨੇ ਦੇਖਿਆ ਕਿ ਸਾਰਾ ਏਸ਼ੀਆ ਦਾ ਜਿਹੜਾ ਸਕਾਲਰਸ਼ਿਪ ਆ, ਇਹਦੀ ਵਿਜ਼ਡਮ ਆ, ਇਹਨੂੰ ਕਿੱਥੇ ਫਿੱਟ ਕੀਤਾ ਜਾਵੇ ਤਾਂ ਕਿ ਵਾਈਟ ਰੇਸ ਦੀ ਡੋਮੀਨੇਸ ਬਣੇ। ਉਹਨੇ ਉਹਨੂੰ ਰਿਲੀਜਨ ਦੀ ਕੈਟਾਗਰੀ ਦਿੱਤੀ ਜਿਹੜੀ ਫਿਲਾਸਫੀ ਦੇ ਥੱਲੇ ਆ, ਉਹ ਕਹਿੰਦਾ, ਤੇ ਉਹਨੇ ਇੱਕ ਸਪੇਸ ਵੀ ਦਿੱਤਾ ਰਿਲੀਜਨ ਨੂੰ। ਉਸ ਸਪੇਸ ਨੂੰ ਵਰਤਦੇ ਹੋਏ ਭਾਰਤ ਦੇ ਵਿੱਚ ਜਿਹੜੀਆਂ ਸੁਧਾਰਕ ਲਹਿਰਾਂ ਚੱਲੀਆਂ, ਇਹ ਸੁਧਾਰਕ ਲਹਿਰਾਂ ਲਿਮਿਟਡ ਫੈਨੋਮੇਨਾ ਦੇ ਵਿੱਚ ਠੀਕ ਹਨ, ਪਰ ਆਪਣੇ ਵਿਜ਼ਨਰੀ ਐਸਪੈਕਟ ਤੋਂ ਇਹ ਆਪਣੇ ਹੀ ਰਿਲੀਜਨ ਦੇ ਉਲਟ ਹਨ। ਸਿੰਘ ਸਭਾ ਦਾ ਉਦੇਸ਼ ਜਿਹੜਾ ਆ ਉਹ ਹੀਗਲੀਅਨ ਮਾਡਲ ਆ, ਜਿਹਨੇ ਆਪਣਾ ਸੈਕੂਲਰ ਐਸਪੈਕਟ ਸਾਇੰਸ ਤੇ ਰੈਸ਼ਨੈਲਿਟੀ 'ਚ ਪੈਦਾ ਕੀਤਾ, ਪਰ ਪਿੱਛੇ ਉਹਦੇ ਰਿਵਾਈਵ ਰੇਸ਼ੀਅਲਿਜ਼ਮ ਪਿਆ ਹੋਇਆ, ਜਿਹਦੇ 'ਚ ਕਲੋਨੀਅਲ ਡਿਸਕੋਰਸ ਪੈਦਾ ਹੋਇਆ, ਤੇ ਉਹਦੇ ਵਿੱਚੋਂ ਹਿੰਦੂ ਸੁਧਾਰਕ ਮੂਵਮੈਂਟ ਚੱਲੀਆਂ, ਤੇ ਉਹਦੇ ਵਿੱਚੋਂ ਕੀ ਪੈਦਾ ਹੋਇਆ ਕਿ ਸ਼ਬਦ ਦੀ ਯੂਨੀਵਰਸੈਲਿਟੀ, ਉਦਾਸੀ, ਨਿਰਮਲੇ ਸਾਰੇ ਪੰਥ ਇਹ ਸਭ ਟੁੱਟ ਗਏ। ਸਿੰਘ ਸਭਾ ਨੇ ਸਿੱਖੀ ਨੂੰ ਇੱਕ ਵੱਖਰਾ ਸੋਸ਼ੋ ਕਲਚਰਲ ਰਿਲੀਜਨ ਬਣਾ ਦਿੱਤਾ। ਇਹ ਪੰਜਾਬ ਦੇ ਪੱਗ ਵਾਲਿਆਂ ਦਾ, ਗੁਰੂ ਗ੍ਰੰਥ ਸਾਹਿਬ ਦੇ ਕਬਜ਼ਾ, ਇਹਦਾ ਸੁਧਾਰ ਕਰਨਗੇ। ਉਹਨਾਂ ਨੂੰ ਲੱਗਦਾ ਹਿੰਦੀ ਪੰਜਾਬੀ 'ਚ ਗੁਰੂ ਗ੍ਰੰਥ ਸਾਹਿਬ ਆ, ਹਿੰਦੀ ਸਾਡੀ ਆ, ਇਹੋ ਜਿਹਾ ਜਿੰਨਾ ਸਾਰਾ ਵਰਤਾਰਾ ਚੱਲਿਆ ਦਾ ਇਹ ਸਾਰਾ ਇਹੀ ਚੱਲਣ ਡਿਆ, ਇਹਦੇ ਵਿੱਚ ਇਹੀ ਚੱਲਣ ਡਿਆ। ਇਹ ਅਸੀਂ ਜਿਹੜੀਆਂ ਸੁਧਾਰਕ ਮੂਵਮੈਂਟ ਸੀ, ਉਹਦੀ ਪੋਜ਼ਿਟਿਵਿਟੀ ਸਿੰਘ ਸਭਾ ਦੀ ਬਹੁਤ ਵੱਡੀ ਆ ਕਿ ਉਹਨੇ ਸਿੱਖ ਸ਼ਬਦ ਦੇ ਦੁਆਲੇ ਜਿਹੜੀ ਰੇਸ਼ੀਅਲ ਅਨਾਰਕੀ ਸੀ ਉਹਨੂੰ ਕੰਟਰੋਲ ਕੀਤਾ, ਪਰ ਉਹਦਾ ਜਿਹੜਾ ਮਾਡਲ ਬਣਾਇਆ ਉਹ ਹੀਗਲੀਅਨ
ਮਾਡਲ ਆ ਉਹਦੇ ਵਿੱਚੋਂ ਦੀ ਇਹਦੀ ਇੰਟਰਪ੍ਰੀਟ ਗੁਰੂ ਗ੍ਰੰਥ ਸਾਹਿਬ ਨੂੰ ਵਿਗਿਆਨਕ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਸ਼ਬਦ ਵਿਗਿਆਨਕ ਨਹੀਂ ਹੈ, ਤੁਸੀਂ ਨਿਆਂ ਸ਼ਾਸਤਰ ਪੜ੍ਹ ਕੇ ਦੇਖੋ। ਨਿਆਂ ਸ਼ਾਸਤਰ ਦੇ ਵਿੱਚ ਜਿਹੜੀ ਆਪਣਾ ਕੀ ਨਾਂ ਆ ਜਿਹੜੀ ਨੋਮ ਆਰਗੈਨਮ ਆ ਬੇਕਨ ਦੀ, ਤਿੰਨ ਆਰਗੈਨਮ ਮਸ਼ਹੂਰ ਆ ਧਰਤੀ ਦੇ ਉੱਤੇ, ਜੇ ਥਾਟ ਨੂੰ ਪੜ੍ਹਨਾ ਹੋਵੇ ਬੱਚਿਆਂ ਦੀ ਮੈਂ ਗੱਲ ਕਰ ਰਿਹਾ, ਉਹਦੇ ਵਿੱਚੋਂ ਦੀ ਇੱਕ ਆਰਗੈਨਮ ਆ ਅਰਿਸਟੋਟਲ ਦੀ ਜਿਹਨੇ ਡਿਡਕਸ਼ਨ ਦਿੱਤੀ, ਇੱਕ ਨੋਮ ਆਰਗੈਨਮ ਐਡਮ ਆ ਜਿਹੜੀ ਬੇਕਨ ਦੀ ਜਿਹਨੇ ਇੰਡਕਸ਼ਨ ਦਿੱਤੀ, ਇੱਕ ਟਰਸ਼ੀਅਮ ਆਰਗੈਨਮ ਆ ਜਿਹਨੇ ਹਾਇਰ ਲੌਜਿਕ ਦਿੱਤਾ। ਇਹ ਤਿੰਨ ਆਰਗੈਨਮ ਪੜ੍ਹਨ ਵਾਲੀਆਂ, ਜਿਹੜੀ ਬੇਕਨ ਨੇ ਜਿਹੜੀ ਇੰਡਕਸ਼ਨ ਦਿੱਤੀ ਆ, ਤੁਸੀਂ ਨਿਆਂ ਸ਼ਾਸਤਰ ਪੜ੍ਹ ਕੇ ਦੇਖੋ, ਨਿਆਂ ਉਹਦੀ ਚ ਇੰਡਕਸ਼ਨ ਜਿਹੜੀ ਆ ਉਸ ਸ਼ਬਦ ਦੇ ਥੱਲੇ ਸਭਨੀ ਕੈਟਾਗਰੀ ਚ ਆਉਂਦੀ ਹੈ। ਇਹਦਾ ਮਤਲਬ ਮਾਈਂਡ ਦੇ ਅੰਦਰ ਜਿਹੜਾ ਇੰਡਕਸ਼ਨ ਦਾ ਪੈਟਰਨ ਪਿਆ ਉਹ ਸਤਵੀਂ ਕੈਟਾਗਰੀ ਦੇ ਵਿੱਚ ਆ ਇੰਡੀਅਨ ਸਾਈਕੀ ਦੇ ਵਿੱਚ, ਪਰ ਸਾਇੰਟਿਫਿਕ ਮਾਡਲ ਦੇ ਵਿੱਚ ਉਹ ਡੋਮੀਨੇਟ ਕਰ ਰਿਹਾ, ਉਹ ਪਹਿਲੇ ਨੰਬਰ ਤੇ ਆ। ਸਾਡਾ ਪ੍ਰੋਸੈਸ ਵਿੱਚ ਕਹੀ ਜਾ ਜਾਏਗਾ, ਛੋਟੇ ਭਾਂਡੇ 'ਚ ਵੱਡਾ ਭਾਂਡਾ ਫੜ ਕੇ ਨਹੀਂ ਜਾਊਗਾ। ਦਰਣਾ ਹੀ ਆਬਦ ਹਾਲੇ ਪੁਖਤਾ ਹੀ ਖਾਮ, ਰੂਮੀ ਸਾਹਿਬ ਕਹਿੰਦੇ ਕੱਚਾ ਬੰਦਾ ਪੱਕੇ ਦੀ ਕੀ ਗੱਲ ਕਰੇ। ਇਹ ਮਾਡਲ ਵੱਡਾ ਮਾਈਂਡ ਦਾ। ਲਾਸਟ ਮੇਰਾ ਪੁਆਇੰਟ ਇਹ ਆ, ਥੋੜਾ ਜਿਹਾ ਵੱਗ ਗਿਆ ਹੁਣ ਜਨੂਮ ਮੈਂ ਜਾਣੇ ਕਿਹਾ ਗਿਆ, ਥੋੜੀ ਜਿਹੀ ਇੱਕ ਅੱਧੀ ਗੱਲ ਹੋਰ ਕਿ ਜਿਹੜਾ ਉਹ ਮਾਡਲ ਆ ਜਿਹੜਾ ਸਿੰਘ ਸਭਾ ਦਾ ਮਾਡਲ, ਉਹਨੇ ਹੈਜਮਾਨਿਕ ਮੈਟਾਫਿਜ਼ੀਕਲ ਸਟਰਕਚਰ ਪੈਦਾ ਕੀਤਾ ਜਿਹੜਾ ਯੂਰਪ 'ਚ ਟੁੱਟਦਾ ਪਿਆ ਆ ਕੰਟੀਨੈਂਟਲ ਫਿਲਾਸਫੀ ਦੇ ਨਾਲ, ਸਾਡੇ ਉਹ ਟੁੱਟ ਰਿਹਾ ਰੇਸ਼ੀਅਲ ਅਨਾਰਕੀ ਦੇ ਨਾਲ। ਸਿੰਘ ਸਭਾ ਤੋਂ ਹੁਣ ਗੁਰਦੁਆਰੇ ਦੇ ਖੋਏ ਗਏ ਜਾਂ ਮਾਲਵਾ ਸ਼ਹਿਰ ਦੇ ਵਿੱਚ ਜਦੋਂ ਸ਼ਾਮਲ ਹੋਇਆ ਤੇ ਉਹਨਾਂ ਨੇ ਉਹਨੂੰ ਇਸ ਤਰ੍ਹਾਂ ਕੱਢਿਆ, ਕਹਿੰਦਾ ਵੀ ਹੁਣ ਟੌਣਾ ਸਾਹਿਬ ਨੇ ਉਹਨੂੰ ਕੱਢਿਆ, ਸਿਰਫ ਮੈਂ ਪੋਲਿਟਿਕਸ ਨਹੀਂ ਪੈਣਾ ਚਾਹੁੰਦਾ, ਉਹ ਕੱਢਿਆ ਵੀ ਇਹ ਭਾਬੇ ਆ ਗਏ ਕਿੱਥੋਂ ਦੀ, ਤੇ ਉਹਨਾਂ ਦਾ ਇਹ ਚੱਲਾ ਚੱਲਣ ਡਿਆ। ਹੁਣ ਮਾਲਵੇ ਦੀ ਡੋਮੀਨੈਂਸ ਹੋ ਰਹੀ ਹੈ, ਮਾਲਵਾ ਮੱਝੇ ਨੂੰ ਕਹਿ ਰਿਹਾ ਸਾਡੀ ਠੱਠੀ ਆ, ਉਹ ਮਰਵਾਉਣ ਡਏ ਮੱਝਾਂ ਨੂੰ ਕਹਿ ਕੇ ਮੱਝੇ ਨੂੰ ਮਰਵਾਇਆ ਜਾਂਦਾ, ਉਹ ਮਾਲ ਮੱਝੇ ਨੂੰ ਮਰਵਾਇਆ ਜਾਂਦਾ। ਇਹ ਸਾਰਾ ਪਲੇ ਜਿਹੜਾ ਆ ਇਹ ਐਂ ਹੀ ਚੱਲਣ ਡਿਆ ਕੁਝ, ਇਹਨੂੰ ਇਸ ਕਰਕੇ ਵੀ ਕਲਚਰ ਦੀਆਂ ਪ੍ਰੋਬਲਮ, ਇਹ ਜੋ ਹਾਲਾਤ ਕਿ ਸਾਡਾ ਕਲਾਸੀਕਲ ਗੀਤ ਟੁੱਟ ਰਿਹਾ, ਪੰਜਾਬ ਨੂੰ ਕਲਾਸੀਕਲ ਟ੍ਰੈਡੀਸ਼ਨ ਦੀ ਕਦਰ ਹੀ ਨਹੀਂ, ਆਪਣੇ ਮੁੰਡੇ ਕਹਿੰਦੇ ਤਾਂ ਨੱਚਿਆ ਹੀ ਜਾਂਦਾ। ਸਾਡਾ ਮਾਨਸਿਕ ਬੌਧਿਕ ਤੇ ਇਮੋਸ਼ਨਲ ਵਰਤਾਰਾ ਇਸ ਤਰ੍ਹਾਂ ਦੇ ਟਕਰਾਵਾਂ ਦੇ ਘੇਰਿਆਂ 'ਚ ਪਿਆ ਹੋਇਆ, ਜੇ ਇਹਦੇ 'ਚੋਂ ਅਸੀਂ ਚਿੰਤਨ ਨਹੀਂ ਬਚਾਵਾਂਗੇ। ਆਖਰੀ ਵਾਰੀ ਗੱਲ ਇਹੋ ਹੀ ਆ ਕਿ ਜੇ ਤੁਸੀਂ ਚਿੰਤਕ ਨਹੀਂ ਹੋ ਸਕਦੇ ਤਾਂ ਇਹ ਮਸਲਾ ਹੱਲ ਨਹੀਂ ਹੋ ਸਕਦਾ। ਇਹਦਾ ਚਿੰਤਨ ਹੁਣ ਸ਼ਬਦ 'ਚੋਂ ਯੂਨੀਵਰਸਲ ਚਿੰਤਨ ਕੱਢਣਾ ਚਾਹੀਦਾ ਆ, ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਪੁਰਾਣੀ ਟ੍ਰੈਡੀਸ਼ਨ ਦਾ ਸਾਰੀ ਸਪਿਰਚੁਅਲਿਟੀ ਦਾ ਸੈਂਟਰ ਬਣਦੇ ਆ, ਇਹ ਦੋਹਾਂ ਕਟੋਰਿਆਂ 'ਚ ਮਹਾਰਾਜ ਹੱਥ ਰੱਖਦੇ ਆ, ਇਹ ਦਿਸ਼ਾ ਦੇ ਵਿੱਚ ਮੇਰਾ ਖਿਆਲ ਸ਼ਾਇਦ ਵੀ ਬਚਾਅ ਹੋ ਸਕਦਾ। ਬਾਕੀ ਗੱਲਾਂ ਸਾਰੀਆਂ ਬੇਸ ਖਰਾਬ ਹੋ ਗਿਆ, ਪੰਜਾਬ 'ਚ ਰੇਸਿਜ਼ਮ ਫੈਲ ਗਿਆ, ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ। ਥੋੜ੍ਹੇ ਜਿਹੇ ਮੈਂ ਜ਼ਿਆਦਾ ਬੋਲ ਗਿਆ।